ਹੰਜੀਕ ਦਾ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਸਾਰੇ ਪਾਸੇ ਪਹੁੰਚਾਉਣੀ ਆ ਤੁਹਾਨੂੰ ਦਿਖਾਉਣੀ ਆ ਬਾਈ ਜੀ ਤੇ ਵੀਡੀਓ ਪਾਈ ਸੀ ਮਾਨ ਜੀ ਦੀ ਕੁੜੀ ਨੇ ਤੇ ਹੁਣ ਮੈਨੂੰ ਮਾਨ ਜੀ ਦੀ ਪਤਨੀ ਦੀ ਆਈਡੀ ਮਿਲੀ ਆ ਏ ਮੈਂ ਉਹਨਾਂ ਦੀ ਆਈਡੀ ਸਾਰੀ ਦੇਖੀ ਮੈਨੂੰ ਇਦਾਂ ਫੀਲ ਹੋ ਰਿਹਾ ਕਾਫੀ ਦੁੱਖ ਦਿੱਤੇ ਆਪਣੇ ਮੁੱਖ ਮੰਤਰੀ ਨੇ ਆਪਣੀ ਪਤਨੀ ਨੂੰ ਸਾਰੇ ਪਾਸੇ ਵੀਡੀਓ ਸ਼ੇਅਰ ਕਰੇ ਤੁਹਾਨੂੰ ਦਿਖਾਉਣਾ ਆ ਬਾਈ ਜੀ ਇੱਕ ਗਾਣਾ ਆ ਨਾ ਹੁਣ ਸਾਨੂੰ ਨਹੀਂ ਉਹ ਚੱਜਣਾ ਬੁਲਾਉਂਦੇ ਹੈ ਸੋ ਜਦੋਂ ਬੰਦਾ ਸ਼ੌਹਰਤ ਦੀਆਂ ਉਚਾਈਆਂ ਤੇ ਪਹੁੰਚ ਜਾਂਦਾ ਉਹ ਪਿਛਲੇ ਦਿਨ ਭੁੱਲ ਜਾਂਦਾ ਇਹ ਮਨੁੱਖੀ ਫਿਤਰਤ ਆ ਉਹੀ ਮਾਨ ਨੇ ਕੀਤਾ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੁਹਾਨੂੰ ਕੋ ਤਸਵੀਰਾਂ ਦਿਖਾਉਣੇ ਜਿਨ੍ਹਾਂ ਤੋਂ ਇਹ ਆਈਡੀਆ ਹੋ ਜਾਣਾ ਜਦੋਂ ਔਖਾ ਸਮਾਂ ਸੀ ਜਦੋਂ ਨਾਲ ਕੋਈ ਖੜਦਾ ਨਹੀਂ ਸੀ ਤੇ ਉਹਨਾਂ ਦੀ ਪਤਨੀ ਐਨ ਨਾਲ ਉਹਨਾਂ ਦਾ ਸਾਥ ਦਿੱਤਾ ਸਾਰਾ ਕੁਝ ਕੀਤਾ ਸੋ ਮੈਂ ਪਿਛਲੀ ਵੀਡੀਓ ਪਾਈ ਸੀ ਮੈਂ ਕਿ ਮੈਨੂੰ ਇਦਾਂ ਫੀਲ ਹੋ ਰਿਹਾ ਵੀ ਕੁੜੀ ਤੋਂ ਕੋਈ ਬੁਲਾ ਰਿਆ ਕਈਆਂ ਨੇ ਮੇਰੇ ਤੇ ਇਲਜ਼ਾਮ ਲਾਇਆ ਤੂੰ ਪਈ ਆਮ ਦੀ ਭੇੜ ਆ ਭਰਾਵੋ ਮੈਂ ਕਿਸੇ ਦੀ ਭੇੜ ਨਹੀਂ ਮੈਂ ਭੇਡਾਂ ਦੀ ਕਰਾਉਣਾ ਆ ਤਾਨੂੰ ਦਿਖਾਉਣੇ ਮਾਨਜੀ ਦੀ ਪਤਨੀ ਨੇ ਕੀ ਪੋਸਟ ਕੀਤੀ ਆ ਤੇ ਆਪਣਾ ਖਾਤਾ ਫੋਲੋ ਕਰ ਲਓ ਮੈਨੂੰ ਇਹਨਾਂ ਦੀ ਆਈਡੀ ਮਿਲ ਗਈ ਆ ਕੋਈ ਵੀ ਵੀਡੀਓ ਇਹਨਾਂ ਦੀ ਧੀ ਦੀ ਜਾਂ ਇਹਨਾਂ ਨੇ ਕੋਈ ਵੀ ਹੋਣੀ ਇਹਨਾਂ ਨੇ ਕਿਹਾ ਆ ਕਿ ਮੈਂ ਸ਼ਰਾਬੀ ਦੀਆਂ ਫੋਟੋਆਂ ਪਾਇਆ ਕਰਨੀਆਂ ਆ ਸਭ ਤੋਂ ਪਹਿਲਾਂ ਸੋ ਇੱਥੇ ਹੀ ਆਇਆ ਕਰੂਗੀ ਆਪਾਂ ਫੋਲੋ ਕਰ ਲਈਏ ਜਦੋਂ ਇਹਨਾਂ ਨੇ ਕੁਝ ਪਾਇਆ ਕਰਨਾ ਆਪਾਂ ਤੁਹਾਨੂੰ ਦਿਖਾ ਦਿਆ ਕਰਨਾ ਆ ਸੋ ਹੁਣ ਤੁਸੀਂ ਭਾਈ ਜੀ ਦੱਸਣਾ ਤੁਸੀਂ ਆਮ ਸਰਕਾਰ ਦੇ ਕੰਮਾਂ ਤੋਂ ਖੁਸ਼ ਆ ਜਾਂ ਸੀ ਆ ਨੋ ਜਿੱਥੋਂ ਤੱਕ ਮੈਂ ਦੇਖ ਰਿਹਾ ਉਹੀ ਨਸ਼ੇ ਉਹੀ ਪੁਲਿਸ ਦੀਆਂ ਯਾਰ ਪੁਲਿਸ ਨੇ ਸਰਤਾਜ ਜੀ ਦਾ ਸ਼ੋਰ ਰੋਕਤਾ ਪੰਜਾਬ ਪੁਲਿਸ ਦੀਆਂ ਕਰਤੂਤਾਂ ਦੇਖੋ ਭਾਈ ਜੀ ਹੈ ਸਤਿੰਦਰ ਭਾਜੀ ਦਾ ਸ਼ੋਰ ਰੋਕਦਾ ਚੱਲਦਾ ਚੱਲਦਾ ਹੱਦਿਆ ਯਾਰ ਗਾਲਾਂ ਵਾਲੇ ਕੰਮ ਤਾਂ ਆਪ ਕਰਦੇ ਆ ਆ ਤੁਹਾਨੂੰ ਦਿਖਾਉਣੇ ਆ ਜੀ ਇਹਨਾਂ ਦੀ ਪਤਨੀ ਦੇ ਆਪਾਂ ਆਈਡੀ ਲਕੋਤੀ ਆ ਸੋ ਇਹਨਾਂ ਨੇ ਸਾਰਾ ਕੁਝ ਲਿਖਿਆ ਆ ਆਈਡੀ ਆਪਾਂ ਸੋ ਆਪਾਂ ਇਦਾਂ ਦਸਰੀ ਦੀ ਕਿਸੇ ਨੂੰ ਆਪਾਂ ਹੀ ਪੋਸਟ ਚੱਕ ਕੇ ਤੁਹਾਨੂੰ ਦਿਖਾਇਆ ਕਰਾਂਗੇ ਇੱਕ ਸਕਿੰਟ ਆ ਤੁਹਾਨੂੰ ਦਿਖਾਉਣਾ ਆ ਉਹ ਇਹਨਾਂ ਨੇ ਲਿਖਿਆ ਕੀ ਆ ਆ ਦੇਖ ਸਕਦੇ ਭਾਈ ਜਿਹੜੀਆਂ ਭੇਡਾਂ ਆ ਭਈ ਤੁਹਾਡੀ ਮੈਮਾ ਕਰਨੀਆਂ ਹੁਣ ਸੋ ਦੇਖ ਸਕਦੇ ਆ ਸੋ ਡਰ ਦੂਰ ਕਹਿੰਦੇ ਸਮੁੰਦਰ ਚ ਆਪਾ ਕਰਤਾ ਆ ਸੋ ਜਿਹੜੀਆਂ ਭੇਡਾਂ ਆ ਬਿਨਾ ਮਤਲਬ ਦੀ ਬਕਵਾਸ ਨਾ ਕਰਨ ਮੈਨੂੰ ਅਨਫਰੈਂਡ ਕਰ ਦੇਣ ਜਿਹੜੀਆਂ ਆਪਣੇ ਮੁੱਖ ਮੰਤਰੀ ਦੀਆਂ ਭੇਡਾਂ ਆ ਮਾਲੀਆਂ ਸੋ ਉਹਨਾਂ ਦੇ ਚਮਚੇ ਕੜਸ਼ੀਆਂ ਮੈਨੂੰ ਅਨਫਰੈਂਡ ਕਰ ਦੋ ਤੇ ਹੁਣ ਮੈਂ ਸ਼ਰਾਬੀ ਦੀ ਫੋਟੋ ਪਾ ਦਿਆ ਕਰਨੇ ਆ ਸੋ ਜਿੱਦਾਂ ਉਹਨਾਂ ਨੇ ਲਿਖਿਆ ਉਹਨਾਂ ਦੀ ਪਤਨੀ ਨੇ ਮੈਂ ਤੁਹਾਨੂੰ ਉਹ ਦੱਸ ਰਿਆ ਆ ਠੀਕ ਹੈ ਜੀ ਸੋ ਦਰ ਦੂਰ ਮੈਂ ਸਮੁੰਦਰ 'ਚ ਸਿੱਟਦਾ ਲਿਹਾਜ ਹੁਣ ਨਹੀਂ ਕਿਸੇ ਦੀ ਜਿਹਨੇ ਮਿੱਧਾ ਮਤਲਬ ਦੀ ਬਕਵਾਸ ਕੀਤੀ ਇੱਕ ਫੋਟੋ ਫੇਸਬੁੱਕ ਤੇ ਪਾ ਦਿਆ ਕਰਨੀ ਮੈਂ ਸ਼ਰਾਬੀ ਦੀ ਸੋ ਹੁਣ ਕੀ ਪਤਾ ਕਿੰਨਾ ਕੁਸ਼ ਐ ਨਾਲ ਕੋਲ ਮੁੱਖ ਮੰਤਰੀ ਦਾ दारू ਪੀ ਕੇ ਹੁਣ ਪਰਸਨਲ ਵਾਈਫ ਦੇ ਕੋਲ ਕਾਫੀ ਚੀਜ਼ਾਂ ਹੁੰਦੀਆਂ ਆ ਸੋ ਕਈ ਸੱਪ ਨਿਕਲ ਸਕਦੇ ਆਉਣ ਵਾਲੇ ਸਮੇਂ 'ਚ ਸੋ ਦੇਖ ਸਕਦੇ ਆ ਸ਼ਰਾਬੀ ਦੀ ਚੰਗਾ ਰਹੂ ਆਪਣੀ ਇੱਜ਼ਤ ਢਗੀ ਰੱਖੇ ਨਾਲੇ ਉਹਦੇ ਚਮਚੇ ਕੱਢ ਸ਼ੀਆ ਮੈਨੂੰ ਆਪ ਹੀ ਅਨਫਰੰਟ ਕਰ ਦੇਣ ਜੋ ਤੁਹਾਡੇ ਤੋਂ ਦੇਖ ਨਹੀਂ ਹੋਣਾ ਸੋ ਇਹਨਾਂ ਨੇ ਕਿਹਾ ਆ ਆਮ ਪਾਰਟੀ ਦੀਆਂ ਜਿਹੜੀਆਂ ਭੇਡਾਂ ਆ ਵੀ ਤੁਹਾਡੀ ਹੋਣ ਵਾਲੀ ਆ ਸੋ ਇਹਨਾਂ ਨੂੰ ਅਨਫਰੈਂਡ ਕਰ ਦੋ ਜਿਹੜੇ ਵੀ ਇਹਨਾਂ ਨਾਲ ਐਡ ਸਗੇ ਭਈ ਮੁੱਖ ਮੰਤਰੀ ਦੀ ਪਹਿਲੀ ਪਤਨੀ ਆ ਐਡ ਹੋਊਗੇ ਦੋਸਤ ਇਹਨਾਂ ਨੇ ਹੁਣ ਸ਼ਰਿਆਮ ਲਿਖਤਾ ਆ ਸੋ ਹੁਣ ਕੀ ਸੱਪ ਕੱਢੂਗੇ ਆਪਾਂ ਨੇ ਆਈਡੀ ਫੋਲੋ ਕਰ ਲਈ ਆ ਤੁਹਾਡੇ ਤੱਕ ਆਪਾਂ ਨਾਲ ਦੀ ਨਾਲ ਵਾਇਰਲ ਕਰ ਦਿਆ ਕਰਨੀ ਆ ਸੋ ਦੇਖ ਸਕਦੇ ਆ ਸੋ ਦੇਖੋ ਜੀ ਸੋ ਬਾਕੀ ਜੇ ਪਹਿਲਾਂ ਉਸ ਦਿਨ ਮੈਂ ਕੁੜੀ ਵਾਲੀ ਵੀਡੀਓ ਦੇਖੀ ਪਰ ਜਦੋਂ ਇਹਨਾਂ ਦੀ ਮੈਂ ਆਈਡੀ ਦੇਖੀ ਮੈਨੂੰ ਇਹ ਫੀਲ ਹੋ ਰਿਹਾ ਕਾਫੀ ਨਾਲ ਨਾਲ ਯਾਰ ਥੱਕਾ ਹੋਇਆ ਆ ਉਹੀ ਗੱਲ ਆ ਕੱਢਦੇ ਨੂੰ ਸਲਾਮਾਂ ਤਕੜੇ ਨਾਲ ਤਾਂ ਸਾਰੇ ਖੜ ਜੰਦੇ ਆ ਮਾੜੀ ਦਾ ਕੌਣ ਪੁੱਛਦਾ ਹਾਂ ਜੀ ਹੁਣ ਤਕੜੇ ਨਾਲ ਤਾਂ ਮੁੱਖ ਮੰਤਰੀ ਨਾਲ ਪੁਲਿਸ ਆ ਸਾਰਾ ਤੰਤਰ ਆ ਇਹਨਾਂ ਨਾਲ ਕੌਣ ਆ ਕੋਈ ਵੀ ਨਹੀਂ ਠੀਕ ਐ ਨਾ ਸੋ ਦੇਖ ਸਕਦੇ ਆ ਤੇ ਬਾਕੀ ਉਹੀ ਗੱਲ ਆ ਜਦੋਂ ਮਾੜਾ ਸਮਾਂ ਸੀ ਦੇਖੋ ਇਹ ਨਾਲ ਸਾਰਾ ਇਹਨਾਂ ਨੇ ਪ੍ਰਚਾਰ ਜਰ ਇਹ ਤਾਂ ਬਹੁ ਆ ਇਹਨਾਂ ਕੋਲ ਇੱਕੋ ਹੀ ਗੱਲ ਆ ਵੀ ਲੋਕਾਂ ਦੇ ਲਈ ਪਤਨੀ ਛੱਡੀ ਆ ਉਹ ਭਾਵੇਂ ਪਹਿਲਾ ਮੁੱਖ ਮੰਤਰੀ ਦੁਨੀਆ ਦਾ ਜੀ ਲੋਕਾਂ ਲਈ ਪਤਨੀ ਛੱਡੀ ਆ ਪ੍ਰਕਾਸ਼ ਨੂੰ 7 ਵਾਰੀ 5 ਵਾਰੀ ਮੁੱਖ ਮੰਤਰੀ ਹੋਇਆ ਗੱਪੀ ਦਾ ਪੇ ਸੁੱਖੇ ਗੱਪੀ ਦਾ ਪਾਪਾ ਹੈ ਉਹਨੇ ਤਾਂ ਸਰਿੰਦਰੋ ਛੱਡੀ ਨਹੀਂ ਜਿੰਨੇ ਵੀ ਪੈਸੇ ਲੈਂਦੀ ਸੀ ਰਿਸ਼ਵਤ ਆਲੇ ਸਰਿੰਦਰੋ ਲੈਂਦੀ ਹੁੰਦੀ ਸੀਗੀ ਉਦੋਂ ਮੈਂ ਵੀ ਪਹੁੰਚ ਭਰਤੀ ਹੋਣ ਗਿਆ ਸੀ ਮੈਨੂੰ ਵੀ ਕਿਹਾ ਗਿਆ ਵੀ ਸ੍ਰਿੰਦਰੋ ਨੂੰ 50 ਲੱਖ ਰੁਪਏ ਦੇ ਦੇ ਮੈਨੂੰ ਤਾਂ ਪਤਾ ਆ ਸਮਝਿਆ ਨਾ ਤੂੰ ਚੰਗਾ ਮੁੱਖ ਮੰਤਰੀ ਵੀ ਲੋਕਾਂ ਦੇ ਲਈ ਆਪਣੀ ਬੋਟੀ ਛੜਤੀ ਆ ਇਹਦਾ ਬਹਾਨਾ ਹੀ ਆ ਭਾਈ ਜੀ ਸਿੱਧੀ ਗੱਲ ਆ ਸੋ ਆ ਦੇਖੋ ਆ ਛੋਟਾ ਜਿਹਾ ਨਿਆਣਾ ਜਿਹੜਾ ਜਿਹਦਾ ਕੀ ਨਾਂ ਦਿਲਸ਼ਾਨ ਸੋ ਔਖੇ ਸਮੇ ਸਾਰੇ ਰਾਹਾਂ 'ਚ ਔਖੇ ਸਮੇ ਇਹਨਾਂ ਦਾ ਸਾਥ ਦਿੱਤਾ ਦੇਖ ਸਕਦੇ ਆ ਤੇ ਹੁਣ ਤੇ ਹੁਣ ਤੁਹਾਨੂੰ ਪਤਾ ਹੀ ਆ ਫਿਰ ਹੁਣ ਕੀ ਹੋ ਰਿਹਾ ਆ ਸੋ ਬਾਕੀ ਤੁਸੀਂ ਦੱਸਿਓ ਭਾਈ ਜੀ ਇਨਾਂ ਦੇ ਕੰਮਕਾਜ ਤੋਂ ਹੁਣ ਤੁਸੀਂ ਲੋਕਾਂ ਨੇ ਦੱਸਣਾ ਪੰਜਾਬੀਆਂ ਨੇ ਵੀ ਇਨਾਂ ਦੇ ਕੰਮ ਤੋਂ ਤੁਸੀਂ ਖੁਸ਼ ਆ ਜੱਸ ਜਾਨੋ ਵੱਧ ਤੋਂ ਵੱਧ ਕਮੈਂਟ ਕਰਿਓ ਕੱਲ ਨੂੰ ਦੱਸਾਂਗੇ ਵੀ ਕਿੰਨੇ ਲੋਕ ਖੁਸ਼ ਆ ਜਿੱਥੋਂ ਤੱਕ ਮੈਂ ਵੀਡੀਓ ਦੇਖ ਰਿਹਾ ਅੱਜ ਇੱਕ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਨਸ਼ੇ 'ਚ ਧੋਤਿਆ ਉਹਨੂੰ ਕੋਈ ਸੁਰਤੇ ਹੀ ਨਹੀਂ ਵੀ ਮੁੰਡੇ ਦਾ ਮੁੰਡੇ ਕੁੜੀਆਂ ਵੀ ਪੰਜਾਬੀਆਂ ਦੀਆਂ ਉੱਥੇ ਨਸ਼ਿਆਂ 'ਚ ਪੂਰੀਆਂ ਧੁੱਤ ਬੈਠੀਆਂ ਆ ਨਸ਼ਾ ਸ਼ਰੀਆਮ ਕਹਿੰਦੇ ਭਿੱਗਦਾ ਸਾਰੀ ਕੁਸ਼ ਆ ਸੋ ਦੇਖ ਸਕਦੇ ਆ ਕਿ ਤੁਸੀਂ ਦੱਸਣਾ ਭਾਈ ਤੁਸੀਂ ਉੱਥੇ ਰਹਿੰਦੇ ਆ ਮੈਨੂੰ ਤਾਂ ਪਤਾ ਨਹੀਂਗਾ ਹਾਂਜੀ ਸੋ ਇਹਨਾਂ ਦੀ ਪਤਨੀ ਨੇ ਕਿਹਾ ਐਦਾਂ ਦੇ ਕਈ ਸੱਪ ਕੱਢਣੇ ਆ ਸੋ ਦੇਖ ਸਕਦੇ ਆ ਇੱਕ ਇਥੇ ਐਸਪੋਰਟ 'ਚ ਕਬੀਰ ਰਹਿੰਦਾ ਆ ਉਹਦਾ ਨਾਮ ਮੈਨੂੰ ਭੁੱਲ ਗਿਆ ਯਾਰ ਸਮਰਾਖਰੇ ਕੀ ਨਾਂ ਆ ਜਗਮਨ ਸਮਰਾ ਐਦਾਂ ਕੁਛ ਉਹਨਾਂ ਦਾ ਮੈਨੂੰ ਮੈਨੂੰ ਆਇਆ ਸੀ ਮੈਸੇਜ ਉਹ ਜਿਹੜੇ ਤੋਮਰ ਤੋਮਰ ਆ ਬੀਜੇਪੀ ਵਾਲੇ ਉਹਨਾਂ ਦਾ ਵੀ ਉਹਨਾਂ ਨੇ ਦੱਸਿਆ ਸੀ ਮੇਰੇ ਕੋਲ ਕਾਫੀ ਕੋਸ਼ ਆ ਪਈਏ ਮਾਨ ਬਾਈ ਦੀਆਂ ਵੀ ਮੇਰੇ ਕੋਲ ਵੀਡੀਓ ਹੈ ਵੀਡੀਓ ਹੈ ਇੱਥੇ ਦੇ ਹੋਟਲਾਂ ਚ ਕੀ ਕਰਦਾ ਸੀ ਮੈਂ ਕਿਹਾ ਖਰੇ ਬਾਈ ਉੱਦੈ ਹੀ ਮਾਰੀ ਜਾਂਦਾ ਮੈਂ ਉਹਨੂੰ ਰਿਸਪੌਂਸ ਨਹੀਂ ਸੀ ਦਿੱਤਾ ਪਰ ਉਹਨੇ ਕਈ ਕੁਝ ਕੱਢਿਆ ਉਹ ਆਪਣੇ ਖਾਤੇ ਤੇ ਵੀ ਵੀਡੀਓ ਪਾਉਦਾ ਰਹਿੰਦਾ ਓਨ ਵੀ ਭਰਾਵੋ ਪੇਡਾਂ ਦੀ ਚੰਗੀ ਪਾਵਾਂ ਕਰਾਈਓ ਆ ਹਾਂਜੀ ਸੋ ਹੁਣ ਤੁਸੀਂ ਦੱਸਿਓ ਬਾਈ ਜੀ ਤੁਸੀਂ ਇਹਨਾਂ ਦੇ ਕੰਮਕਾਰ ਤੋਂ ਖੁਸ਼ ਏ ਜਾਂ ਨਹੀਂ ਸੋ ਮੇਰਾ ਆ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਵੀ ਬਾਈ ਜਿਹੜੇ ਚੰਗੇ ਟਾਈਮ 'ਚ ਖੜੇ ਭਰਾਵਾ ਤੇਰੇ ਮੁੱਖ ਮੰਤਰੀ ਜੀ ਜਿਹੜੇ ਚੰਗੇ ਟਾਈਮ 'ਚ ਤੇਰੇ ਨਾਲ ਸੀ ਥਾਂ ਥਾਂ ਗਏ ਪਹਿਲੀ ਵਾਰੀ ਤੈਨੂੰ ਜਿਤਾਇਆ ਖੁਸ਼ੀਆਂ ਹਾਂਜੀ ਸੋ ਉਹਨਾਂ ਨੂੰ ਛੱਡ ਕੇ ਤੂੰ ਹੁਣ ਜਦੋਂ ਉਹੀ ਗੱਲ ਸੋ ਆ ਤਾਂ ਉਹੀ ਗੱਲ ਹੋਈ ਵੀ ਮਾਪੇ ਸਾਰੀ ਉਮਰ ਨਿਆਣੇ ਨੂੰ ਪਾਲਦੇ ਆ ਜਦੋਂ ਨਿਆਣਾ ਸਹੁੰ ਰੇਮੰਡ ਰੇਮੰਡ ਦਾ ਵਪਾਰੀ ਆ 11000 ਕਰੋੜ ਰੁਪਏ ਦਾ ਮਾਲਕ ਸੀ ਉਹ ਉਹ ਵਿਚਾਰਾ ਹੋਮਲੈਸ ਘਰ ਤਾਂ ਉਹਦੇ ਮੁੰਡੇ ਨੇ ੱੱਕੇ ਮਾਰ ਕੇ ਬਾਹਰ ਕਰਤਾ ਸਮਝੇ ਨਾ ਆ ਤਾਂ ਉਹੀ ਹਾਲ ਆ ਜਦੋਂ ਮਾਪਿਆਂ ਨੂੰ ਸੁੱਖ ਦੇਣ ਦੀ ਵਾਰੀ ਆਉਂਦੀ ਆ ਜਾਂ ਜੋ ਵੀ ਆ ਵੀ ਹੁਣ ਬੱਚਿਆਂ ਨੂੰ ਪਤਨੀ ਨੂੰ ਸੁੱਖ ਦੇਣ ਦੀ ਵਾਰੀ ਸੀ ਵੀ ਭਾਈ ਹੁਣ ਆਪਣਾ ਰਾਜ ਭਾਗ ਆ ਗਿਆ ਐ ਇੱਥੇ ਤੁਸੀਂ ਪੂਰੀ ਮਿਹਨਤ ਕੀਤੀ ਮੇਰੇ ਨਾਲ ਥਾਂ ਥਾਂ ਧੁੱਪ ਛਾਂ ਗਰਮੀ 'ਚ ਸਾਰੇ ਪਾਸੇ ਘੁੰਮੇ ਆ ਚਲੋ ਹੁਣ ਰਲ ਕੇ ਖੁਸ਼ੀਆਂ ਮਨਾਈਏ ਆ ਚੰਗਾ ਬਹਾਨਾ ਯਾਰ ਲੋਕਾਂ ਦੀ ਸੇਵਾ ਲਈ ਵੀ ਪਤਨੀ ਛੱਡਦੀ ਹੈ ਦੱਸ ਪਤਨੀ ਬਿਕਰਮ ਬਤਾਲ ਸੀ ਵੀ ਤੁਸੀਂ ਵੀ ਸੁਣੀ ਹੋਣੀ ਵੀ ਬਤਾਲ ਜਿਹੜਾ ਮੋਢੇ 'ਤੇ ਚੜਿਆ ਰਹਿੰਦਾ 24 ਘੰਟੇ ਬਿਕਰਮ ਬਤਾਲ ਕਹਾਣੀ ਸੁਣੀ ਹੋਣੀ ਹਨ ਉਹ ਮੋਢੇ 'ਤੇ ਚੜਿਆ ਰਹਿੰਦਾ ਵੀ ਪਤਨੀ ਇਦਾਂ ਸੀ ਵੀ ਜਿਹੜੀ ਤੈਨੂੰ ਕੰਮ ਨਹੀਂ ਸੀ ਕਰਨ ਦਿੰਦੀ ਠੀਕ ਐ ਅਜਾ ਬਹਾਨਾ ਹੀ ਸੀ ਵੀ ਭਾਈ ਜੀ ਪਤਨੀ ਕੰਮ ਲੋਕਾਂ ਲਈ ਛੱਡੀ ਜੇ ਉਹ ਛੱਡੀ ਫਰੇ ਕਿੱਥੋਂ ਆ ਗਈ ਬਾਈ ਆ ਆ ਭਾਬੀ ਜੀ ਸੇਮ ਹੀ ਆ ਇਹ ਕਹੀ ਥਾ ਮੈਂ ਤੇ ਮੈਂ ਫੋਟੋ ਦੇਖੀ ਆ ਮਨੋਂ ਔਰ შੋਰ ਤੁਸੀਂ ਦੱਸਿਓ ਇਹ ਸੇਮ ਹੀ ਭਾਬੀ ਜੀ ਆ ਜਿਹੜੇ ਨਵੇਂ ਜਿੰਨਾ ਨਾ ਵਿਆਹ ਹੋਇਆ ਹੈ ਦੇਖੋ ਤਾਂ ਮੈਨੂੰ ਵੈਸੇ ਮੈਂ ਕਹੀ ਥਾ ਇਹ ਫੋਟੋ ਦੇਖੀ ਥੁਹਾਤੋਂ ਤਾਂ ਪੁੱਛ ਰਿਆ ਆ ਵੈਸੇ ਕਨਫਰਮ ਤਾਂ ਮੈਂ ਹੈ ਗਈ ਆ ਕਿਉਂਕਿ ਭਾਬੀ ਜੀ ਨਵੇਂ ਜਿਹੜਾ ਵੀ ਪੋਜ ਦਿੰਦੇ ਆ ਇਹਨਾਂ ਦੀ ਇੱਕ ਹੱਥ ਤੇ ਇੱਕ ਹੱਥ ਹੁੰਦਾ ਹੀ ਆ ਸਵਾਲ ਆ ਆ ਵਾਲੀ ਫੋਟੋ ਜੀ ਵੀ ਸੇਮ ਪੋਜ਼ ਹੀ ਸੀਗਾ ਸੋ ਦੱਸਿਓ ਤਾਂ ਹਾਂਜੀ ਸੋ ਗੱਲ ਤਾਂ ਉਹ ਹੀ ਉਹਦਾ ਬਹਾਨਾ ਸੀ ਉਹਨਾਂ ਨੂੰ ਛੱਡਣ ਦਾ ਹੁਣ ਫਿਰ ਆ ਨਹੀਂ ਪਈ ਪਿਆਫ਼ ਹੀ ਕਾਹਦੇ ਲੈ ਆਂਦੀ ਜੇ ਲੋਕਾਂ ਦੀ ਇੰਨੀ ਸੇਵਾ ਕਰਨੀ ਸੀ ਠੀਕ ਹੈ ਨਾ ਸੋ ਭਗਵੰਤ ਮਾਨ ਜੀ ਅਜੇ ਵੀ ਸਮਾਂ ਆ ਤੁਹਾਡੇ ਕੋਲ ਤੁਸੀਂ ਸਾਰਾ ਪੈਸਾ ਲੋਕਤੰਤਰ ਸਾਰਾ ਪੰਜਾਬ ਪੂਲ ਸਾਰਾ ਕੁਝ ਝੋਕਿਆ ਪੰਜ ਰਾਜਾਂ ਦੀਆਂ ਵੋਟਾਂ 'ਚ ਤੇ ਤੁਹਾਨੂੰ ਵੀ ਪਤਾ ਵੋਟਾਂ ਤੁਹਾਨੂੰ ਕਿੰਨੀਆਂ ਪਈਆਂ 200 ਤੋਂ ਵੱਧ ਥਾਮਾਂ ਤੇ ਤੁਹਾਡੇ ਉਮੀਦਵਾਰ ਆਦੀਆਂ ਉਹੀ ਉਹ ਹੋ ਗਈਆਂ ਜਿਹੜੇ ਪੈਸੇ ਜਮ੍ਹਾਂ ਕਰਾਏ ਹੁੰਦੇ ਉਹ ਵੀ ਨਹੀਂ ਵਾਪਸ ਆਏ ਤੋ ਇਹੀ ਹਾਲ ਪੰਜਾਬ ਚ ਹੋ ਜਾਣਾ ਹੈ ਵੀਰ ਜੀ ਤੁਸੀਂ ਬਹੁਤ ਕੁਝ ਕਹਿੰਦੇ ਹੁੰਦੇ ਸੀਗੇ ਹਾਂਜੀ ਆ ਦੇਖ ਲਓ ਚੰਗੇ ਸਮੇਂ ਜਿਹੜੇ ਨਾਲ ਖੜੇ ਯਾਰ ਇਦਾਂ ਨਹੀਂ ਭੁੱਲਣਾ ਚਾਹੀਦਾ ਸਿੱਧੀ ਗੱਲ ਆ ਬੰਦੇ ਨੂੰ ਪੈਰ ਨਹੀਂ ਛੱਡਣੇ ਚਾਹੀਦੇ ਤੁਸੀਂ ਕਹਿੰਦੇ ਹੁੰਦੇ ਸੀ ਝੋਲਿਆਂ ਤੇ ਸਾਈਕਲਾਂ ਤੇ ਆਪਣੇ ਪ੍ਰਕਾਸ਼ ਸਿੰਘ ਦੀਆਂ ਫੋਟਮਾਂ ਹੁਣ ਤੁਸੀਂ ਕੋਈ ਥਾਂ ਛੱਡਿਆ ਆ ਹੈ ਕੰਮ ਤੁਸੀਂ ਪੰਜਾਬ ਚ ਕਰਨੇ ਆ ਕਰੋੜਾਂ ਰੁਪਏ ਖਰਚ ਕੇ ਤੁਸੀਂ ਆ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਦੀਆਂ ਖਵਾਰਾਂ ਚ ਦੱਸੀ ਜਾਂਦੇ ਪਈ ਅਸੀਂ ਪੰਜਾਬ ਚ ਕੰਮ ਕਰਨ ਡਏ ਆ ਬੋਰਡ ਥਾਂ ਥਾਂ ਤੇ ਤੁਹਾਡੇ ਲੱਗੇ ਹੁੰਦੇ ਆ ਚੱਕਰ ਪਤਾ ਕੀ ਆਪਣੇ ਲੋਕਾਂ ਚ ਹੁਣ ਬੇਰੋਹੀ ਗੱਲ ਜਦੋਂ ਵੋਟਾਂ ਹੋਈਆਂ ਸਭ ਤੋਂ ਵੱਧ ਮੈਂ ਜ਼ੋਰ ਲਾਇਆ ਜਦੋਂ ਮੈਂ ਇੰਡੀਆ ਵੀ ਗਿਆ ਸੀ ਮੈਂ ਵੀ ਆਮਦ ਨੂੰ ਜਿਤੌਣ ਲਈ ਜ਼ੋਰ ਲਾਉਂਦਾ ਰਿਹਾ ਜਿੰਨੇ ਯੋਗਾ ਸੀ ਚੱਕਰ ਇਹ ਆਪਾਂ ਅੰਧ ਭਗਤ ਹੋ ਜਾਨੇ ਆਪਣੇ ਫਾਇਦੇ ਲਈ ਆਪਾਂ ਸੈਲਫਿਸ਼ ਹੋ ਜਾਨੇ ਆ ਭਾਈ ਆਪਾਂ ਇਹਨਾਂ ਨੂੰ ਜਿਤਾਇਆ ਆਪਾਂ ਵੀ ਆਪਣੇ ਰਜਿਸਟਰੀਆਂ ਤਹਿਸੀਲਾਂ 'ਚ ਕੰਮ ਕਰਾਉਣੇ ਆਪਾਂ ਹੁਣ ਜੋ ਮਰਜੀ ਹੋਵੇ ਮਾੜਾ ਆ ਜਾਂ ਚੰਗਾ ਆ ਨਸ਼ਾ ਵਿਕਦਾ ਆ ਪਤਨੀ ਨੇ ਧੋਖਾ ਕੀਤਾ ਜੋ ਵੀ ਆਪਾਂ ਦਾ ਆਈ ਦੀ ਮੈਂ ਮੈਂ ਕਰਨੀ ਆ ਬਸ ਇਹੀ ਚੱਕਰ ਆ ਹੋਰ ਕੁਝ ਨਹੀਂਗਾ ਇਦਾਂ ਹੀ ਕਾਲੀਆਂ ਦੇ ਰਾਜ 'ਚ ਸੀ ਇਦਾਂ ਹੀ ਕਾਂਗਰਸ ਦੇ ਇਦਾਂ ਹੀ ਇਦਾਂ ਹੀ ਬਸ ਸਾਲ ਬਾਈ ਜੀ ਦੋ ਰਹਿ ਗਏ ਆ ਦੋ ਕੀ ਆ 24 ਚ ਪ੍ਰਧਾਨ ਮੰਤਰੀ ਵਾਲੀਆਂ ਵੋਟਾਂ ਮੈਨੂੰ ਨਹੀਂ ਐ ਫੀਲ ਹੋ ਰਿਹਾ ਵੀ 13 ਚ ਤੁਹਾਨੂੰ ਇੱਕ ਵੀ ਵੋਟ ਮਿਲ ਜੂ ਜਿਹੜਾ ਹਸਾਬ ਕਿਤਾਬ ਆ ਤੁਹਾਡਾ ਠੀਕ ਐ ਨਾ ਸੋ ਆਪਾਂ ਤਾਂ ਇਹੀ ਕਹਿੰਨੇ ਭਾਈ ਕੰਮ ਕਰੋ ਚੰਗੇ ਕੰਮ ਕਰੋ ਠੀਕ ਐ ਨਾ ਸੋ ਤੁਸੀਂ ਤਾਂ ਆਪਣੀ ਜਿਹੜੀ ਗੱਲ ਤਾਂ ਫਿਰ ਉਹੀ ਆ ਜਿਹੜੀ ਵਿਚਾਰੀ ਥਾਂ ਥਾਂ ਤੇ ਭਟਕੀ ਹਾਂਜੀ ਪੈਰ ਪੈਰ ਤੇ ਸਾਥ ਦਿੱਤਾ ਜਿਹੜਾ ਇਨਸਾਨ ਉਹਦਾ ਹੀ ਨਹੀਂ ਹੋਇਆ ਲੋਕਾਂ ਦਾ ਕਿੱਥੋਂ ਹੋ ਜੂਗਾ ਤੇ ਬਾਕੀ ਤੁਸੀਂ ਦੱਸਿਓ ਬਾਈ ਜੀ ਤੁਸੀਂ ਕੀ ਸੋਚਦੇ ਆ ਤੇ ਆਪਣਾ ਖਾਤਾ ਵੀ ਫੋਲੋ ਕਰ ਲਿਓ ਸੋ ਕਹਿੰਦੇ ਸਿੱਧੀ ਗੱਲ ਐ ਡਾਡੂ ਰਹਿਣੀਗਾ ਹੁਣ ਤਾਂ ਫਿਰ ਆਹੋ ਫੋਟੋਆਂ ਤੇ ਵੀਡੀਓ ਇਦਾਂ ਹੀ ਆਉਣਗੀਆਂ ਆ ਆਈਡੀ ਆਪਣੇ ਹੱਥ ਲੱਗ ਗਈ ਆ ਸੋ ਤੁਸੀਂ ਆਪਣੀ ਆਈਡੀ ਫੋਲੋ ਕਰ ਲਓ ਸੋ ਦੱਸਿਓ ਬਾਈ ਜੀ ਤੁਸੀਂ ਜਾਂਦੇ ਜਾਂਦੇ ਤੁਸੀਂ ਆਮ ਸਰਕਾਰ ਦੇ ਕੰਮਾਂ ਤੋਂ ਖੁਸ਼ ਆ ਜੈਸੀਆਂ ਨੂੰ ਸੋ ਮੈਂ ਚਲੋ ਠੀਕ ਹੈ ਇਹਨਾਂ ਨੇ ਪਤਨੀ ਨਾਲ ਧੋਖਾ ਕੀਤਾ ਹੋਗਾ ਮੈਂ ਕਈ ਜਗ੍ਹਾ ਸੁਣਿਆ ਆ ਵੀ ਇਹਨਾਂ ਨੇ ਇਹ ਕੁੱਟ ਦੇ ਵੀ ਹੁੰਦੇ ਸੀ ਪਤਨੀ ਨੂੰ दारू ਪੀ ਕੇ ਉਹ ਚਲੋ ਵੱਖਰੀਆਂ ਗੱਲਾਂ ਛੱਡ ਦਿੰਨੇ ਮੇਨ ਗੱਲ ਇਹ ਆਉਂਦੀ ਆ ਵੀ ਇਹਨਾਂ ਨੇ ਲੋਕਾਂ ਲਈ ਕੰਮ ਕੀਤੇ ਆ ਜਿਹੜਾ ਸੋਚ ਕੇ ਲੋਕਾਂ ਨੇ ਇਹਨੂੰ ਜਿਤਾਇਆ ਸੀ ਮੁੱਕ ਦੀ ਗੱਲ ਇੱਥੇ ਆਉਂਦੀ ਆ ਜੱਸਿਆ ਨੋ ਦੱਸਿਓ ਤੁਸੀਂ ਇਹਨਾਂ ਤੋਂ ਖੁਸ਼ ਆ ਜੱਸਿਆ ਨੋ ਕੱਲ ਨੂੰ ਦੱਸਾਂਗੇ ਕਿੰਨੇ ਲੋਕ ਖੁਸ਼ ਆ ਤੇ ਕਿੰਨੇ ਨਹੀਂ ਖੁਸ਼ ਵੱਧੋ ਵੱਧ ਕਮੈਂਟ ਕਰਿਓ ਜੀ ਹਾਂਜੀ ਆਪਾਂ ਫਿਰ ਇੱਥੇ ਹੀ ਮਾਰ ਖਾ ਜਾਂਦੇ ਆ ਹਾਂਜੀ ਕੰਮ ਵੀ ਕੀਤੇ ਆ ਕਿ ਨਵੇਂ ਭਾਬੀ ਜੀ ਨੂੰ ਖੁਸ਼ ਕਰਨ ਚ ਖੁਸ਼ ਆ ਹਾਂ ਸੋ ਦੱਸਿਓ ਫਿਰ ਆਪਾਂ ਇੱਥੋਂ ਹੀ ਮਾਰ ਖਾ ਜੰਨੇ ਆ ਆਪਾਂ ਵੋਟਾਂ ਵਾਲੇ ਦਿਨ ਵੀ ਨਹੀਂ ਨਿਕਲਦੇ ਐਦਾਂ ਦੀਆਂ ਗੱਲਾਂ ਤੇ ਆਹ ਦੇਖ ਲਓ ਮੈਨੂੰ ਸ਼ੋ ਹੋ ਰਿਹਾ ਇਹਨਾਂ ਦੇ ਐਮਐਲਏ ਵੀ ਸਾਡੀਆਂ ਵੀਡੀਓ ਦੇਖਦੇ ਹੁੰਦੇ ਆ ਠੀਕ ਆ ਨਾ ਆਪਾਂ ਸੱਭੇ ਇੱਕ ਭਾਸ਼ਾ ਚ ਇਹਨਾਂ ਤੱਕ ਅਪੀਲ ਹੀ ਕਰ ਸਕਦੇ ਆ ਕਿ ਡੁੱਲੇ ਮੇਰਾਂ ਦਾ ਕੁਝ ਨਹੀਂ ਵਿਗੜਿਆ ਸੰਭਲ ਜਾਓ ਵਜੇ ਵੀ ਠੀਕ ਆ ਸੋ ਪਤਨੀ ਨਾਲ ਤਾਂ ਭਾਵੇਂ ਧੋਖਾ ਕਰ ਲਿਆ ਹੋਊਗਾ ਲੋਕਾਂ ਨਾਲ ਨਾ ਕਰੋ ਠੀਕ ਆ ਜੀ ਉਹ ਦਾ ਪਤਨੀ ਨਾਲ ਤੋਂ ਖਾ ਕੇ ਨਵੀਂ ਪਤਨੀ ਆ ਜੂ ਪਰ ਵੋਟਾਂ ਵੇਲੇ ਲੋਕਾਂ ਨੇ ਫੇਰ ਪਾਰਟੀ ਵੀ ਕੋਈ ਨਵੀਂ ਆ ਜਾਣੀ ਆ ਠੀਕ ਹੈ ਨਾ ਵੀਰ ਮੇਰੇਓ ਸੋ ਮੌਕਾ ਮਿਲਿਆ ਸਾਂਭ ਲਓ ਅਜੇ ਵੀ ਸਮਾਂ ਹੈਗਾ ਠੀਕ ਹੈ ਜੀ ਵੱਧ ਤੋਂ ਵੱਧ ਦੱਸਿਓ ਤੁਸੀਂ ਆਮ ਸਰਕਾਰ ਤੋਂ ਖੁਸ਼ ਆ ਜੈਸੀਆਂ ਨੂੰ ਮੈਂ ਤਾਂ ਫੀਲ ਹੋ ਰਿਹਾ ਨੂੰ ਆ ਤੁਸੀਂ ਜੇ ਜੈਸੇ ਆ ਦੱਸ ਦਿਓ ਤੇ ਭੇਡਾਂ ਦੀ ਐਦਾਂ ਹੀ ਕਰਾ ਕੇ ਰੱਖਣੀ ਆ ਤੇ ਲਿੰਕ ਪਾਉਣੇ ਉਹ ਵੀ ਕਲਿੱਕ ਕਰ ਦਿਓ ਭਰਾਵੋ ਹਾਂਜੀ ਸ਼ੁਕਰੀਆ ਕਰਿਓ ਕਮੈਂਟ ਸ਼ੇਅਰ ਵੀ